ਤੁਸੀਂ ਵੇਖ ਸਕਦੇ ਹੋ ਸਬਜ਼ੀਆਂ ਦਾ ਕਲਰ ਜਿਹੜਾ ਬਹੁਤ ਸੋਹਣਾ ਆ ਅਤੇ ਇਹਦੀ ਸਮੈਲ ਵੀ ਬਹੁਤ ਸੋਹਣੀ ਆਉਂਦੀ ਪਈ ਹੈ ਅਤੇ ਤੁਸੀਂ ਇਹਨੂੰ ਚੈੱਕ ਕਰਨ ਵਾਸਤੇ ਕਿ ਬਣ ਗਿਆ ਕਿ ਨਹੀਂ ਤੁਸੀਂ ਇਸ ਤਰ੍ਹਾਂ ਚੁੱਕ ਕੇ ਇੱਕ ਦਾਣਾ ਵੇਖ ਸਕਦੇ ਹੋ ਹਾਂ ਪੁਲਾਓ ਬਹੁਤ ਸੋਹਣਾ ਬਣ ਗਿਆ। ਹੈਲੋ ਜੀ, ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ? ਮੈਂ ਉਮੀਦ ਕਰਨੀ ਤੁਸੀਂ ਸਾਰੇ ਠੀਕ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਅੱਜ ਕੱਲ੍ਹ ਆਸਟ੍ਰੇਲੀਆ 'ਚ ਆਪਣੀ ਬੇਟੀ ਕੋਲ ਆਈ ਦੀ ਹਾਂ ਅਤੇ ਬੱਚੇ ਰੋਜ਼ ਕੋਈ ਨਾ ਕੋਈ ਡਿਮਾਂਡ ਕਰਦੇ ਕਿ ਨਾਨੀ ਮੰਮਾ ਸਾਨੂੰ ਇਹ ਬਣਾ ਕੇ ਦਿਓ, ਨਾਨੀ ਮੰਮਾ ਆਹ ਬਣਾ ਕੇ ਦਿਓ। ਅਤੇ ਅੱਜ ਸਾਰੇ ਬੱਚੇ ਕਹਿੰਦੇ ਪਏ ਕਿ ਮੰਮਾ ਅੱਜ ਬਣਾਓ ਵੈੱਜ ਪੁਲਾਓ। ਅਤੇ ਚਲੋ ਅੱਜ ਬਣਾਉਂਦੇ ਹਾਂ ਅਸੀਂ ਵੈੱਜ ਪੁਲਾਓ। ਵੈੱਜ ਪੁਲਾਓ ਬਣਾਉਣ ਵਾਸਤੇ ਜਿੰਨੀਆਂ ਵੀ ਮਰਜ਼ੀ ਤੁਸੀਂ ਸਬਜ਼ੀਆਂ ਵਿੱਚ ਪਾ ਸਕਦੇ ਹੋ। ਵੈੱਜ ਪੁਲਾਓ ਬਣਾਉਣ ਵਾਸਤੇ ਮੈਂ 4-5 ਸਬਜ਼ੀਆਂ ਲਈਆਂ, ਜਿਵੇਂ ਬੀਨਸ ਨੇ, ਮਟਰ ਨੇ, ਗੋਭੀ ਅਤੇ ਬਰੋਕਲੀ ਹੈ ਜਿਹਨੂੰ ਅਸੀਂ ਹਰੀ ਗੋਭੀ ਵੀ ਕਹਿ ਸਕਦੇ ਹਾਂ, ਇਹ ਗਾਜਰ ਹੈ, ਇਹ ਪਿਆਜ਼ ਕੱਟੇ ਨੇ ਅਤੇ ਇਹ ਆਲੂ ਮੈਂ ਥੋੜ੍ਹੇ ਮੋਟੇ ਟੁਕੜਿਆਂ 'ਚ ਕੱਟ ਲਿਆ। ਅਤੇ ਤੜਕੇ ਵਾਸਤੇ ਅਦਰਕ ਅਤੇ ਹਰੀ ਮਿਰਚ, ਤੁਸੀਂ ਚਾਹੋ ਤਾਂ ਤੁਸੀਂ ਲਸਣ ਵੀ ਪਾ ਸਕਦੇ ਹੋ, ਪਰ ਮੈਂ ਇਹਦੇ ਵਿੱਚ ਲਸਣ ਨਹੀਂ ਪਾਵਾਂਗੀ। ਵੈੱਜ ਪੁਲਾਓ ਬਣਾਉਣ ਵਾਸਤੇ ਮੈਂ ਬਰਤਨ ਲੈ ਲਿਆ। ਇਹਦੇ ਵਿੱਚ ਅਸੀਂ ਪਾਵਾਂਗੇ ਸਰ੍ਹੋਂ ਦਾ ਤੇਲ, ਤੁਸੀਂ ਕੋਈ ਵੀ ਤੇਲ ਪਾ ਸਕਦੇ ਹੋ। ਇਹ ਮੈਂ ਲਗਭਗ ਇੱਕ ਵੱਡਾ ਚਮਚ ਜਿਹੜਾ ਤੇਲ ਦਾ ਪਾ ਦਿੱਤਾ, ਤੁਹਾਡੀ ਮਰਜ਼ੀ ਆ, ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਅਤੇ ਇਸ ਤੋਂ ਘੱਟ ਵੀ ਪਾ ਸਕਦੇ ਹੋ। ਤੇਲ ਨੂੰ ਅਸੀਂ ਹੁਣ ਗਰਮ ਹੋਣ ਦੇਵਾਂਗੇ ਤਾਂ ਕਿ ਇਹਦਾ ਜਿਹੜਾ ਕੱਚਾਪਨ ਹੈ ਦੂਰ ਹੋ ਜਾਏ। ਫਿਰ ਇਹਦੇ ਵਿੱਚ ਅਸੀਂ ਪਾਵਾਂਗੇ ਤੜਕੇ ਦੇ ਮਸਾਲੇ। ਤੇਲ ਸਾਡਾ ਗਰਮ ਹੋ ਗਿਆ, ਹੁਣ ਇਹਦੇ ਵਿੱਚ ਅਸੀਂ ਪਾਵਾਂਗੇ 2-4 ਲੌਂਗ। ਤੁਸੀਂ ਇਹਦੇ ਵਿੱਚ ਮੋਟੀ ਇਲਾਚੀ ਵੀ ਪਾ ਸਕਦੇ ਹੋ, ਉਹ ਮੇਰੇ ਕੋਲ ਇਸ ਵੇਲੇ ਹੈ ਨਹੀਂ, ਇਸ ਕਰਕੇ ਮੈਂ ਉਹਨੂੰ ਸਕਿੱਪ ਕਰ ਦਿੱਤਾ। 4-5 ਦਾਣੇ ਪਾਵਾਂਗੇ ਮਿਰਚਾਂ ਦੇ, ਕਾਲੀ ਮਿਰਚ, ਨਾਲ ਹੀ ਇਹਦੇ ਪਾ ਦਾਂਗੇ ਜੀਰਾ ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਫਰਾਈ ਕਰ ਲਾਂਗੇ। ਜੀਰਾ ਸਾਡਾ ਭੁੱਜ ਗਿਆ, ਇਹਦੇ ਵਿੱਚ ਹੁਣ ਨਾਲ ਹੀ ਅਸੀਂ ਪਿਆਜ਼ ਪਾ ਦਾਂਗੇ। ਨਾਲ ਹੀ ਇਹਦੇ ਅਦਰਕ ਪਾ ਦਾਂਗੇ, ਇਹਨਾਂ ਨੂੰ ਥੋੜ੍ਹਾ ਜਿਹਾ ਭੂਰੇ ਰੰਗ ਦਾ ਕਰ ਲਵਾਂਗੇ ਤਾਂ ਕਿ ਪਿਆਜ਼ ਦਾ ਜਿਹੜਾ ਕੱਚਾ ਪਾਣੀ ਚੰਗੀ ਤਰ੍ਹਾਂ ਨਿਕਲ ਜਾਵੇ ਅਤੇ ਸਾਡਾ ਅਦਰਕ ਜਿਹੜਾ ਉਹ ਵੀ ਚੰਗੀ ਤਰ੍ਹਾਂ ਭੁੱਜ ਜਾਏ। ਅਸੀਂ ਇਹਦੇ ਵਿੱਚ ਪਾ ਦੇਵਾਂਗੇ ਹਰੀਆਂ ਮਿਰਚਾਂ, ਇਹ ਤੁਸੀਂ ਆਪਣੀ ਮਰਜ਼ੀ ਨਾਲ 1-2 ਜਿੰਨੀਆਂ ਵੀ ਬੱਚੇ ਖਾਂਦੇ ਆ ਉਸ ਹਿਸਾਬ ਨਾਲ ਪਾ ਸਕਦੇ ਹੋ। ਪਿਆਜ਼ ਅਤੇ ਅਦਰਕ ਸਾਡਾ ਬਹੁਤ ਵਧੀਆ ਭੁੱਜ ਗਿਆ, ਹੁਣ ਇਹਦੇ ਵਿੱਚ ਅਸੀਂ ਪਾ ਦੇਵਾਂਗੇ ਫਲੀਆਂ, ਕਿਉਂਕਿ ਫਲੀਆਂ ਥੋੜ੍ਹੀਆਂ ਸਖਤ ਹੁੰਦੀਆਂ ਅਤੇ ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਪਾਉਣਾ ਪੈਂਦਾ। ਇਹਦੇ ਨਾਲ ਹੀ ਅਸੀਂ ਆਲੂ ਪਾ ਦਾਂਗੇ, ਨਾਲ ਹੀ ਇਹਦੇ ਅਸੀਂ ਗਾਜਰ ਪਾ ਦਾਂਗੇ। ਗਾਜਰ, ਆਲੂ ਅਤੇ ਫਲੀਆਂ ਜਿਹੜੀਆਂ ਥੋੜ੍ਹਾ ਪੱਕਣ ਵਿੱਚ ਟਾਈਮ ਲੱਗਦੀਆਂ, ਇਸ ਕਰਕੇ ਇਹਨਾਂ ਨੂੰ ਅਸੀਂ ਪਹਿਲਾਂ ਪਾਇਆ। ਹੁਣ ਇਹਦੇ 'ਚ ਪਾਵਾਂਗੇ ਥੋੜ੍ਹਾ ਜਿਹਾ ਨਮਕ ਤਾਂ ਕਿ ਜਿਹੜੀਆਂ ਸਬਜ਼ੀਆਂ ਚੰਗੀ ਤਰ੍ਹਾਂ ਪੱਕ ਜਾਣ। ਤੁਹਾਨੂੰ ਪਤਾ ਹੀ ਹੈ ਨਮਕ ਪਾਉਣ ਨਾਲ ਸਬਜ਼ੀਆਂ ਜਿਹੜੀਆਂ ਚੰਗੀ ਤਰ੍ਹਾਂ ਪੱਕ ਜਾਂਦੀਆਂ, ਜਲਦੀ ਬਣ ਜਾਂਦੀਆਂ ਅਤੇ ਇਹਨੂੰ 2 ਮਿੰਟ ਵਾਸਤੇ ਅਸੀਂ ਢੱਕ ਦੇਵਾਂਗੇ। ਦੋ ਮਿੰਟ ਹੋ ਗਿਆ, ਹੁਣ ਅਸੀਂ ਵੇਖਦੇ ਹਾਂ ਕਿ ਸਾਡੀਆਂ ਸਬਜ਼ੀਆਂ ਜਿਹੜੀਆਂ ਪੱਕ ਗਈਆਂ। ਹਾਂ, ਇਹ ਸਬਜ਼ੀਆਂ ਜਿਹੜੀਆਂ ਬਹੁਤ ਸੋਹਣੀਆਂ ਪੱਕ ਗਈਆਂ। ਹੁਣ ਇਹਦੇ ਨਾਲ ਇਹ ਜਿਹੜੀ ਗੋਭੀ ਹੈ, ਬਰੋਕਲੀ ਹੈ, ਇਹ ਪਾ ਦੇਵਾਂਗੇ। ਸੌਫਟ ਹੁੰਦੀ ਹੈ ਅਤੇ ਜਲਦੀ ਪੱਕ ਜਾਂਦੀ ਹੈ। ਸਬਜ਼ੀਆਂ ਸਾਡੀਆਂ ਚੰਗੀ ਤਰ੍ਹਾਂ ਫਰਾਈ ਹੋ ਗਈਆਂ ਨੇ ਅਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 2 ਗਲਾਸ ਮੈਂ ਚੌਲਾਂ ਦੇ ਲਏ ਆ, ਇਹਨਾਂ ਨੂੰ ਮੈਂ 1/2 ਘੰਟਾ ਭਿਉਂ ਕੇ ਰੱਖਿਆ ਅਤੇ 4 ਗਲਾਸ ਇਹਦੇ ਵਿੱਚ ਅਸੀਂ ਪਾਣੀ ਪਾ ਦੇਵਾਂਗੇ। ਇਹ 4 ਗਲਾਸ ਪਾਣੀ ਪਾ ਦਿੱਤੇ। ਪਹਿਲੇ ਅਸੀਂ ਨਮਕ ਜਿਹੜਾ ਘੱਟ ਪਾਇਆ ਸੀਗਾ, ਹੁਣ ਮੈਂ ਇਹਦੇ ਵਿੱਚ ਨਮਕ ਪਾਵਾਂਗੀ ਚੌਲਾਂ ਦੇ ਹਿਸਾਬ ਨਾਲ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ। ਥੋੜ੍ਹੀ ਜਿਹੀ ਅਸੀਂ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ, ਜਿਹਦੇ ਨਾਲ ਕਿ ਵੈੱਜ ਪੁਲਾਓ ਦਾ ਸਵਾਦ ਜਿਹੜਾ ਬਹੁਤ ਵਧੀਆ ਹੋ ਜਾਂਦਾ। ਇਹ ਤੁਹਾਡੀ ਮਰਜ਼ੀ ਹੈ, ਪਾਉਣਾ ਹੋਏ ਤਾਂ ਪਾ ਸਕਦੇ ਹੋ ਅਤੇ ਨਹੀਂ ਤਾਂ ਨਹੀਂ ਵੀ ਪਾ ਸਕਦੇ। ਤੁਸੀਂ ਵੇਖ ਸਕਦੇ ਹੋ ਸਬਜ਼ੀਆਂ ਦਾ ਕਲਰ ਜਿਹੜਾ ਬਹੁਤ ਸੋਹਣਾ ਆ ਅਤੇ ਇਹਦੀ ਸਮੈਲ ਵੀ ਬਹੁਤ ਸੋਹਣੀ ਆਉਂਦੀ ਪਈ ਆ।
ਇਹਦੇ ਵਿੱਚ ਹੁਣ ਮੈਂ ਥੋੜਾ ਜਿਹਾ ਪਾਣੀ ਲੈ ਕੇ ਚੈੱਕ ਕਰਾਂਗੀ ਕਿ ਨਮਕ ਜਿਹੜਾ ਠੀਕ ਆ। ਤੁਹਾਨੂੰ ਨਮਕ ਘੱਟ ਲੱਗੇ ਤੇ ਤੁਸੀਂ ਹੋਰ ਪਾ ਸਕਦੇ ਹੋ, ਕਿਉਂਕਿ ਅਜੇ ਇਹਦੇ ਵਿੱਚ ਅਸੀਂ ਚਾਵਲ ਪਾਣੇ ਆ, ਚਾਵਲਾਂ ਨੂੰ ਵੀ ਨਮਕ ਜਿਹੜਾ ਚਾਹੀਦਾ। ਤੇ ਲਓ ਜੀ ਹੁਣ ਵਾਰੀ ਆ ਚਾਵਲ ਪਾਉਣ ਦੀ। ਅਸੀਂ ਇਹਦੇ ਵਿੱਚ ਚਾਵਲ ਜਿਹੜੇ ਸਾਰੇ ਪਾ ਦਾਂਗੇ ਤੇ ਇਹਨਾਂ ਨੂੰ ਬੜੇ ਪਿਆਰ ਨਾਲ ਹੌਲੀ ਹੌਲੀ ਹਿਲਾਉਣਾ, ਕਿਉਂਕਿ ਚੌਲ ਅਸੀਂ ਭਿਉਂਏ ਹੋਏ ਸੀਗੇ ਤਾਂ ਕਿ ਜਿਹੜੇ ਚੌਲ ਹੈ ਟੁੱਟ ਨਾ ਜਾਣ। ਤੁਸੀਂ ਸੋਚਦੇ ਹੋਵੋਗੇ ਕਿ ਮਟਰ ਕਿਉਂ ਨਹੀਂ ਪਾਏ, ਮਟਰ ਮੈਂ ਸਭ ਤੋਂ ਲਾਸਟ ਵਿੱਚ ਪਾਉਣੇ ਆ, ਕਿਉਂਕਿ ਮਟਰ ਜਿਹੜੇ ਫਰੋਜ਼ਨ ਹੈ ਇਹ ਪਹਿਲਾਂ ਹੀ ਪੱਕੇ ਹੁੰਦੇ ਆ, ਅਤੇ ਫਿਰ ਜਦੋਂ ਪਹਿਲਾਂ ਪਾ ਦਈਏ ਤਾਂ ਇਹ ਜਿਹੜੇ ਆ ਫਿਸ ਜਾਂਦੇ ਆ, ਇਸ ਕਰਕੇ ਸਭ ਤੋਂ ਉੱਪਰ ਪਾਵਾਂਗੇ। ਇਹਨੂੰ ਉਬਾਲਾ ਆਉਣ ਤੱਕ ਇਹਨੂੰ ਅਸੀਂ ਢੱਕ ਦੇਵਾਂਗੇ। ਜਦੋਂ ਉਬਾਲਾ ਆ ਜਾਏਗਾ ਤਾਂ ਫਿਰ ਅਸੀਂ ਗੈਸ ਦੀ ਜਿਹੜੀ ਫਲੇਮ ਹੈ ਉਹਨੂੰ ਘੱਟ ਕਰ ਦੇਵਾਂਗੇ। ਲਓ ਜੀ ਤੁਸੀਂ ਵੇਖ ਸਕਦੇ ਹੋ ਉਬਾਲਾ ਆ ਗਿਆ, ਹੁਣ ਅਸੀਂ ਗੈਸ ਦਾ ਸੇਕ ਜਿਹੜਾ ਘੱਟ ਕਰ ਦਾਂਗੇ ਅਤੇ ਇਹਨੂੰ ਢੱਕ ਦੇਵਾਂਗੇ ਜਿੰਨਾ ਕੁ ਚਿਰ ਇਹ ਚੌਲ ਜਿਹੜੇ ਪੱਕਦੇ ਨਹੀਂ। ਤਕਰੀਬਨ 5 ਮਿੰਟ ਘੱਟ ਸੇਕ 'ਤੇ ਰੱਖਣ ਤੋਂ ਬਾਅਦ ਉਹ ਵੇਖਦੇ ਹਾਂ ਕਿ ਸਾਡਾ ਪਲਾਓ ਬਣ ਗਿਆ ਕਿ ਨਹੀਂ ਬਣ ਗਿਆ। ਪਲਾਓ ਬਹੁਤ ਸੋਹਣਾ ਬਣ ਗਿਆ ਅਤੇ ਤੁਸੀਂ ਇਹਨੂੰ ਚੈੱਕ ਕਰਨ ਵਾਸਤੇ ਕਿ ਬਣ ਗਿਆ ਕਿ ਨਹੀਂ ਤੁਸੀਂ ਇਸ ਤਰ੍ਹਾਂ ਚੁੱਕ ਕੇ ਇੱਕ ਦਾਣਾ ਵੇਖ ਸਕਦੇ ਹੋ। ਹਾਂ ਪਲਾਓ ਬਹੁਤ ਸੋਹਣਾ ਬਣ ਗਿਆ। ਫਿਰ ਵੀ ਇਹਨੂੰ 2-3 ਮਿੰਟ ਵਾਸਤੇ ਢੱਕ ਦੇਵਾਂਗੇ ਅਤੇ ਗੈਸ ਬੰਦ ਕਰ ਦੇਵਾਂਗੇ ਤਾਂ ਕਿ ਜਿਹੜੀ ਥੋੜ੍ਹੀ ਬਹੁਤੀ ਕਸਰ ਆ ਉਹ ਨਿਕਲ ਜਾਵੇ। ਪਲਾਓ ਸਾਡਾ ਬਿਲਕੁਲ ਤਿਆਰ ਹੋ ਗਿਆ ਅਤੇ ਚਲੋ ਜੀ ਹੁਣ ਵਾਰੀ ਹੈ ਸਰਵ ਕਰਨ ਦੀ, ਕਰਦੇ ਹਾਂ ਸਰਵ। ਅਮੋਲ ਆਰਵ ਦੇਖੋ ਵੈਜ ਪਲਾਓ ਬਣ ਗਿਆ, ਖਾਣੇ ਕੇ ਲਈ ਰੈਡੀ ਹੋ ਜਾਓ, ਹੈ ਖਾਣੇ ਕੇ ਲਈ ਰੈਡੀ। ਵੈਲਕਮ 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 ਮਾਈ ਡੀਅਰ ਬੇਬੀ। ਤੁਸੀਂ ਵੇਖ ਸਕਦੇ ਹੋ ਕਿ ਅਸੀਂ ਵੈਜ ਪਲਾਓ ਜਿਹੜਾ ਰੈਸਟੋਰੈਂਟ ਦੀ ਤਰ੍ਹਾਂ ਬਹੁਤ ਹੀ ਜਲਦੀ ਜਿਹੜਾ ਘਰ ਵਿੱਚ ਤਿਆਰ ਕਰ ਲਿਆ ਅਤੇ ਇਹਨੂੰ ਤੁਸੀਂ ਦਹੀਂ ਦੇ ਨਾਲ ਸਰਵ ਕਰ ਸਕਦੇ ਹੋ। ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ ਇੱਕ ਨਵੀਂ ਰੈਸਪੀ ਦੇ ਨਾਲ। ਚਲੋ ਬੱਚਿਓ ਖੱਟੇ ਖੱਟੇ ਮੇਰੇ ਦੇ ਆਹ।